ਦੇ ਨਾਲ ਨਾਲ ਉਹਨਾਂ ਨੇ ਕੁੜੀ ਦੇ ਨਾਲ ਪੰਜ ਬੰਦਿਆਂ ਨੂੰ ਹੋਰ ਬੁਲਾ ਕੇ 10-12 ਲੜਕਿਆਂ ਨੇ ਕੁੜੀ ਦੇ ਨਾਲ ਰੇਪ ਵੀ ਕੀਤਾ, ਬੇਅਦਬੀ ਵੀ ਕੀਤੀ। ਜਾ ਕੇ ਉਹਨਾਂ ਨੂੰ 2 ਮੋਟਰਸਾਈਕਲਾਂ 'ਤੇ 4 ਅਣਪਛਾਤੇ ਲੋਕਾਂ ਨੇ ਘੇਰਿਆ ਅਤੇ ਉਹਦੀ ਗੱਡੀ ਦਾ ਸ਼ੀਸ਼ਾ ਭੰਨ ਕੇ ਉਹਦੀ ਗੱਡੀ ਨੂੰ ਫੜਿਆ ਅਤੇ ਉਹਨੂੰ ਕਿਡਨੈਪ ਕੀਤਾ ਦੋਨਾਂ ਨੂੰ, ਮੁੰਡਾ ਕੁੜੀ ਨੂੰ। ਤਾਂ ਜਿਹੜਾ ਸਟਾਫ ਹੈ ਹੋਸਪਿਟਲ ਦਾ ਉਹ ਕੋਈ ਵਧੀਆ ਕੋਪਰੇਟ ਨਹੀਂ ਕਰ ਰਿਹਾ। ਅਸੀਂ 9 ਵਜੇ ਦੇ ਬੈਠੇ, ਕੁੜੀ ਵਿਚਾਰੀ ਸਵੇਰ ਦੀ ਭੁੱਖੀ ਹੈ, 2.5 ਘੰਟੇ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ, ਪਰ ਉਹਨਾਂ ਵੱਲੋਂ ਸਾਨੂੰ ਕੋਈ ਉਹ ਨਹੀਂ ਲੱਗ ਰਹੀ ਵੀ ਆ ਰਹੇ ਹਾਂ ਕਰੀ ਜਾਂਦੇ। ਉਹਨਾਂ ਨੇ ਗੱਡੀ 'ਤੇ ਅਟੈਕ ਕੀਤਾ ਅਤੇ ਜੀ ਉਹਦਾ ਸ਼ੀਸ਼ਾ ਭੰਨ ਕੇ ਮੁੰਡੇ ਨੂੰ ਕਿਡਨੈਪ ਕੀਤਾ। ਗੱਡੀ ਦੇ ਵਿੱਚ ਆਪ ਬੈਠ ਕੇ 2 ਜਣੇ ਮੋਟਰਸਾਈਕਲ 'ਤੇ ਹੋ ਗਏ, 2-3 ਜਣੇ ਇਹਦੇ ਨਾਲ ਗੱਡੀ 'ਚ ਬੈਠ ਕੇ ਫਿਰ ਖਾਲੀ ਸੁਨਸਾਨ ਜਗ੍ਹਾ 'ਤੇ ਲੈ ਕੇ ਗਏ। ਮੈਂ ਜੀ ਮੇਰੇ ਦੋਸਤ ਨੇ, ਉਹਨਾਂ ਦੇ ਦੋਸਤ ਦਾ ਮੈਂ ਫਰੈਂਡ ਹਾਂ ਅਤੇ ਮੈਂ ਸੁਧਾਰ ਤੋਂ ਹੀ ਬਿਲੋਂਗ ਕਰਦਾ ਜੀ। ਰਮੇਸ਼ ਚੰਦ ਮੇਰਾ ਨਾਮ ਹੈ, ਜ਼ਿਲ੍ਹੇ ਦਾ ਵਾਈਸ ਪ੍ਰਧਾਨ ਵੀ ਹੈ ਕਾਂਗਰਸ ਪਾਰਟੀ ਦਾ। ਅਤੇ ਮੇਰੇ ਦੋਸਤ ਨੇ ਮੈਨੂੰ ਕੱਲ੍ਹ 3:30 ਵਜੇ ਫੋਨ ਕੀਤਾ ਵੀ ਇੱਦਾਂ ਇੱਦਾਂ ਮੇਰੇ ਰਾਤ ਨੂੰ ਦੋਸਤ ਨਾਲ ਵੀ ਮੇਰਾ ਇੱਕ ਦੋਸਤ ਆ ਉਹ ਆਪਣੀ ਫਰੈਂਡ ਨਾਲ ਨਹਿਰ 'ਤੇ ਖਾਣ ਪੀਣ ਲਈ ਕੁਛ ਘੁੰਮਣ ਲਈ ਨਿਕਲੇ ਸੀਗੇ। ਇਸੇ ਏਅਰਪੋਰਟ ਕੋਲ ਜਾ ਕੇ ਉਹਨਾਂ ਨੂੰ 2 ਮੋਟਰਸਾਈਕਲਾਂ 'ਤੇ 4 ਅਣਪਛਾਤੇ ਲੋਕਾਂ ਨੇ ਘੇਰਿਆ ਅਤੇ ਉਹਦੀ ਗੱਡੀ ਦਾ ਸ਼ੀਸ਼ਾ ਭੰਨ ਕੇ ਉਹਦੀ ਗੱਡੀ ਨੂੰ ਫੜਿਆ ਅਤੇ ਉਹਨੂੰ ਕਿਡਨੈਪ ਕੀਤਾ ਦੋਨਾਂ ਨੂੰ, ਮੁੰਡਾ ਕੁੜੀ ਨੂੰ। ਅਤੇ ਉਹਨਾਂ ਨੂੰ ਇੱਕ ਖਾਲੀ ਪਲੋਟ ਦੇ ਵਿੱਚ ਲੈ ਕੇ ਗਏ, ਜਿੱਥੇ ਜਾ ਕੇ ਉਹਨਾਂ ਨੇ ਪਹਿਲਾਂ ਤਾਂ ਮੁੰਡੇ ਤੋਂ ਕਿਹਾ ਵੀ ਤੂੰ ਸਾਨੂੰ ਪੈਸੇ ਮੰਗਵਾ ਕੇ ਦੇ, ਸਾਨੂੰ 2 ਲੱਖ ਰੁਪਏ ਫਰੋਤੀ ਮੰਗੀ। ਅਤੇ ਮੁੰਡੇ ਨੂੰ ਕੁੱਟਦੇ ਰਹੇ ਅਤੇ ਫਰੋਤੀ ਦੇ ਨਾਲ ਨਾਲ ਉਹਨਾਂ ਨੇ ਕੁੜੀ ਦੇ ਨਾਲ ਪੰਜ ਬੰਦਿਆਂ ਨੂੰ ਹੋਰ ਬੁਲਾ ਕੇ 10-12 ਲੜਕਿਆਂ ਨੇ ਕੁੜੀ ਦੇ ਨਾਲ ਰੇਪ ਵੀ ਕੀਤਾ, ਬੇਅਦਬੀ ਵੀ ਕੀਤੀ। ਮੈਡੀਕਲ ਹੋ ਰਿਹਾ ਜੀ ਹੁਣ? ਮੈਡੀਕਲ ਲਈ ਅਸੀਂ ਰਾਤ ਵੀ ਆਏ ਸੀਗੇ, ਲੇਡੀਜ਼ ਡਾਕਟਰ ਨਾ ਹੋਣ ਕਰਕੇ ਰਾਤ ਮੈਡੀਕਲ ਨਹੀਂ ਹੋਇਆ। ਅਸੀਂ ਹੁਣ ਸਵੇਰ ਦੇ ਇੱਥੇ ਆਏ ਹੋਏ ਹਾਂ, ਹਾਲੇ ਲੇਡੀਜ਼ ਡਾਕਟਰ ਨਹੀਂ ਆਏ। ਪਤਾ ਨਹੀਂ, ਮੈਨੂੰ ਨਹੀਂ ਸਮਝ ਆ ਰਿਹਾ ਵੀ ਐਡੀ ਵੱਡੀ ਘਟਨਾ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਿੰਨੀ ਪੁਖਤਾ ਵਾ, ਤਾਂ ਜਿਹੜਾ ਸਟਾਫ ਹੈ ਹੋਸਪਿਟਲ ਦਾ ਉਹ ਕੋਈ ਵਧੀਆ ਕੋਪਰੇਟ ਨਹੀਂ ਕਰ ਰਿਹਾ। ਅਸੀਂ 9 ਵਜੇ ਦੇ ਬੈਠੇ, ਕੁੜੀ ਵਿਚਾਰੀ ਸਵੇਰ ਦੀ ਭੁੱਖੀ ਹੈ, 2.5 ਘੰਟੇ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ, ਪਰ ਉਹਨਾਂ ਵੱਲੋਂ ਸਾਨੂੰ ਕੋਈ ਉਹ ਨਹੀਂ ਲੱਗ ਰਹੀ ਵੀ ਆ ਰਹੇ ਹਾਂ ਕਰੀ ਜਾਂਦੇ। ਪੁਲਿਸ ਮੈਡਮ DSP ਵਿਚਾਰੇ 9:30 ਦੇ ਬੈਠੇ ਨੇ, ਰਾਤ ਵੀ 12:30 ਤੱਕ ਵਿਚਾਰੇ ਇੱਥੇ ਬੈਠੇ ਰਹੇ, ਬਹੁਤ ਉਹਨਾਂ ਨੇ ਕੋਪਰੇਟ ਕੀਤਾ। ਅਤੇ ਇੱਦੂ ਵਧੀਆ ਲੇਡੀਜ਼ ਮੈਂ ਕਦੇ ਕੋਈ ਅਫਸਰ ਆਪਣੇ ਦੱਸਿਆ ਨੇ ਗੱਡੀ 'ਤੇ ਵੀ ਅਟੈਕ ਕੀਤਾ ਸੀ ਇਹਨਾਂ ਨੇ? ਉਹਨਾਂ ਨੇ ਗੱਡੀ 'ਤੇ ਅਟੈਕ ਕੀਤਾ ਅਤੇ ਜੀ ਉਹਦਾ ਸ਼ੀਸ਼ਾ ਭੰਨ ਕੇ ਮੁੰਡੇ ਨੂੰ ਕਿਡਨੈਪ ਕੀਤਾ, ਗੱਡੀ ਦੇ ਵਿੱਚ ਆਪ ਬੈਠ ਕੇ 2 ਜਣੇ ਮੋਟਰਸਾਈਕਲ 'ਤੇ ਹੋ ਗਏ, 2-3 ਜਣੇ ਇਹਦੇ ਨਾਲ ਗੱਡੀ 'ਚ ਬੈਠ ਕੇ ਫਿਰ ਖਾਲੀ ਸੁਨਸਾਨ ਜਗ੍ਹਾ 'ਤੇ ਲੈ ਕੇ ਗਏ। ਮਾਮਲਾ ਦਰਜ ਕਰ ਲਿੱਤਾ ਗਿਆ ਹੁਣ? ਹਾਂਜੀ, 10-12 ਲੋਕਾਂ 'ਚ ਕੀਤਾ, 10 ਲੋਕਾਂ 'ਤੇ ਪੁਲਿਸ ਨੇ ਮਾਮਲਾ ਦਰਜ ਕਰਤਾ ਅਣਪਛਾਤਿਆਂ 'ਤੇ। ਅਸੀਂ ਮਤਲਬ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਵੀ ਪੁਲਿਸ ਉਹਨਾਂ ਨੂੰ ਛੇਤੀ ਤੋਂ ਛੇਤੀ ਫੜ ਕੇ ਉਹਨਾਂ 'ਤੇ ਪਣ ਦੀ ਕਾਰਵਾਈ ਕੀਤੀ ਜਾਵੇ ਅਤੇ ਕੁੜੀ ਨੂੰ ਇਨਸਾਫ ਦੇ। ਅੱਛਾ, ਵੀ ਦੱਸਿਆ ਜਾ ਸ਼ਨੀਵਾਰ ਨੂੰ ਪੁਲਿਸ ਨੂੰ ਦੱਸ ਦਿੱਤਾ ਗਿਆ ਜੀ ਰਾਤ ਨੂੰ? ਰਾਤ ਨੂੰ ਦੱਸ ਦਿੱਤਾ ਸੀ ਜੀ, ਉੱਥੇ ਪੁਲਿਸ SI ਸਾਹਿਬ ਨੇ ਰਾਤ ਨੂੰ ਵਧੀਆ ਤਰੀਕੇ ਨਾਲ ਕੋਪਰੇਟ ਨਹੀਂ ਕੀਤਾ, ਨਹੀਂ ਤਾਂ ਇਹ ਸ਼ਾਇਦ ਘਟਨਾ ਪਰਸੋਂ ਐਡੀ ਵੱਡੀ ਨਾ ਹੁੰਦੀ, ਐਡਾ ਵੱਡੀ ਧੋਖਾ ਨਾ ਹੁੰਦਾ। ਐਕਚੁਅਲੀ ਮਾਮਲਾ ਜਿਹੜਾ ਹੈਗਾ, ਕੱਲ ਹੀ ਸਾਡੇ ਨੋਟਿਸ 'ਚ ਆਇਆ, ਰਾਤ ਦੇ ਸਮੇਂ ਲੜਕੀ ਨੇ ਆ ਕੇ ਕੰਪਲੇਂਟ ਕੀਤੀ, ਨਾਲ ਉਹਦਾ ਫਰੈਂਡ ਸੀਗਾ। ਅਸੀਂ ਕੇਸ ਰਜਿਸਟਰ ਕਰਕੇ ਨਾਲ ਦੀ ਨਾਲ ਜਿਹੜਾ ਹੈਗਾ ਲੜਕੀ ਨੂੰ ਮੈਡੀਕਲ ਲਈ ਲੈ ਆਏ। ਮੈਡੀਕਲ ਤੋਂ ਬਾਅਦ ਜਿਹੜਾ ਹੈਗਾ, ਜੋ ਲੜਕੀ ਨੇ ਪੁੱਛਗਿੱਛ ਕੀਤੀ ਆ, ਕਾਫੀ ਉਹਦੇ ਲੜਕਿਆਂ ਦੇ ਸਾਨੂੰ ਕਿਉਂ ਮਿਲੇ ਨੇ, ਐਂਡ ਅਸੀਂ ਸ਼ੋਰ ਕਰਾਂਗੇ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਅਰੈਸਟ ਕਰ ਲਿੱਤਾ ਜਾਵੇ। ਐਂਡ ਅਸੀਂ ਜਿਹੜਾ ਹੈਗਾ ਆਲਰੇਡੀ ਟੀਮਸ ਫੋਰਮ ਕਰ ਲਈਆਂ ਹੈਗੀਆਂ, ਆਫਟਰ ਮੈਡੀਕਲ ਦੁਬਾਰਾ ਇੱਕ ਵਾਰ ਉਹਨਾਂ ਨੂੰ ਅਸੀਂ ਉਹਨਾਂ ਦੇ ਜਿਹੜੇ ਹੈਗੇ ਆ ਸਟੇਟਮੈਂਟਸ ਦੁਬਾਰਾ ਅਸੀਂ ਲਿਖਾਂਗੇ ਪ੍ਰੋਪਰਲੀ। ਸਾਡੇ 2 ਲੇਡੀ ਆਫੀਸਰਸ ਆਏ ਹੋਏ ਨੇ, ਉਹਨਾਂ ਤੋਂ ਵੀ ਪੁੱਛਗਿੱਛ ਕਰਵਾਵਾਂਗੇ, ਐਂਡ ਵੀ ਵਿਲ ਗਿਵ ਰਿਜ਼ਲਟ। ਤੁਸੀਂ ਜਲਦੀ ਗ੍ਰਿਫਤਾਰ ਕਰ। ਸੱਕੀ ਬਿਆਨ ਕੀਤੇ ਲੜਕੀ ਨੇ ਕੁਛ? ਲੜਕੀ ਬਿਆਨ ਇਹੀ ਦਿੱਤੇ ਆ ਕਿ ਮੇਰੇ ਨਾਲ 10-12 ਜਣਿਆਂ ਨੇ ਬਲਾਤਕਾਰ ਕੀਤਾ ਹੈਗਾ, ਉਹ ਸਾਨੂੰ ਅਸੀਂ ਦੋਨੋਂ ਆਪਸ 'ਚ ਗੱਡੀ 'ਚ ਘੁੰਮ ਰਹੇ ਸੀਗੇ ਡੇ ਬਿਫੋਰ ਯੈਸਟਰਡੇ,
ਪਰਸੋਂ ਦੀ ਗੱਲ ਹੈ ਸ਼ਾਮ ਨੂੰ, ਅਤੇ ਸਾਨੂੰ ਉੱਥੇ ਮੋਟਰਸਾਈਕਲ ਵਾਲਿਆਂ ਨੇ ਘੇਰ ਲਿਆ, ਘੇਰ ਕੇ ਸ਼ੀਸ਼ਾ ਤੋੜ ਕੇ ਅੰਦਰ ਆ ਗਏ। ਲੜਕਾ ਦੇ ਦੱਸਣ ਮੁਤਾਬਕ ਕਿ ਉਹਨੂੰ ਪਿੱਛੇ ਬਿਠਾ ਲਿਆ, ਅਤੇ ਫਿਰ ਸਾਡੇ ਨਾਲ ਜਿਹੜੇ ਹੈਗੇ ਮੋਟਰਸਾਈਕਲ, ਪਹਿਲਾਂ ਦੋ ਜਣੇ ਸੀ, ਫਿਰ ਦੋ ਹੋਰ ਆਏ, ਫਿਰ ਆਏ ਕਰਕੇ ਸਾਡੇ ਨਾਲ ਜਿਹੜਾ ਹੈਗਾ ਉਹਨਾਂ ਨੇ ਬਲਾਤਕਾਰ ਕੀਤਾ। ਬਟ ਰੈਸਟ ਹੁਣ ਪ੍ਰੋਪਰ ਆਫਟਰ ਐਗਜ਼ਾਮੀਨੇਸ਼ਨ ਜਿਹੜਾ ਹੈਗਾ ਲੜਕੀ ਦਾ, ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਫਿਰ ਇਹਨੂੰ ਪ੍ਰੋਪਰਲੀ ਸੋਲਿਡ ਰੀਜ਼ਨ 'ਤੇ ਕੌਨਸੀ ਕਰ ਲਓ। ਸਰ, ਗੱਡੀ 'ਚ ਕੀਤਾ ਬਲਾਤਕਾਰ ਕੇ ਬਾਹਰ ਕਿੰਨੀ ਲੋਕੇਸ਼ਨ ਤੇ? ਜੋ ਲੜਕੀ ਦੇ ਮੁਤਾਬਕ ਇਹੀ ਹੈ ਕਿ ਗੱਡੀ 'ਚ ਕੀਤਾ। ਬਾਕੀ ਐਗਜ਼ਾਮੀਨੇਸ਼ਨ ਤੋਂ ਬਾਅਦ ਦੇਖ ਲਾਂਗੇ। ਕਿੰਨੇ ਲੋਕਾਂ ਦੇ ਐਫ ਆਈ ਆਰ? ਹਾਂਜੀ, ਪਰਚਾ ਕਿੰਨਾ? 10 ਤੋਂ 12 ਦੇ ਜਣੇ ਦੇ ਵਿੱਚ ਪਰਚਾ ਦਿੱਤਾ। ਕੋਈ ਪਛਾਣ ਹੋਈ ਹੈ ਜੀ? ਨਹੀਂ, ਪਛਾਣ ਨਹੀਂ। ਮੋਬਾਈਲ ਲੋਕੇਸ਼ਨ ਆਈ ਕੋਈ? ਮੈਂ ਘਰ ਕਰ ਰਿਹਾ। ਲੁਧਿਆਣਾ ਤੋਂ ਸੰਜੀਵ ਸੂਦ ਦੀ ਰਿਪੋਰਟ।